ਤਿਉਹਾਰਾਂ ਦੇ ਸੀਜ਼ਨ ਵਿੱਚ ਹਰ ਘਰ ਵਿੱਚ ਮਠਿਆਈਆਂ ਪਕਵਾਨ ਤਿਆਰ ਕੀਤੇ ਜਾਂਦੇ ਨੇ। ਮਠਿਆਈਆਂ ਦੇ ਵਿੱਚ ਖਾਸ ਕਰਕੇ ਚਕਲੀ, ਗੁਜੀਆਂ, ਲੱਡੂ ਆਦਿ ਤਿਆਰ ਕੀਤੇ ਜਾਂਦੇ ਨੇ। ਤਿਉਹਾਰਾਂ ਦੌਰਾਨ ਲੋਕ ਬਹੁਤ ਸਾਰੀਆਂ ਮਠਿਆਈਆਂ ਖਾਂਦੇ ਨੇ, ਪਰ ਸ਼ੂਗਰ ਦੇ ਮਰੀਜ਼ਾਂ ਲਈ ਵੱਡੀ ਪ੍ਰੋਬਲਮ ਹੁੰਦੀ ਹੈ। ਉਹ ਮਠਿਆਈਆਂ ਖਾਣਾ ਚਾਹੁੰਦੇ ਨੇ ਪਰ ਨਹੀਂ ਖਾ ਪਾਉਂਦੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਦੀਵਾਲੀ 'ਤੇ ਮਠਿਆਈਆਂ ਦਾ ਮਜ਼ਾ ਲੈ ਸਕਦੇ ਹੋ ਅਤੇ ਸ਼ੂਗਰ ਵੀ ਕੰਟਰੋਲ ਦੇ ਵਿੱਚ ਰਹੇਗੀ। ਆਪਣੀ ਸਵੇਰ ਦੀ ਸ਼ੁਰੂਆਤ ਇਸ ਤਰ੍ਹਾਂ ਕਰੋ। ਜੇਕਰ ਤੁਸੀਂ ਆਪਣੀ ਸਵੇਰ ਦੀ ਸ਼ੁਰੂਆਤ ਸਿਹਤਮੰਦ ਚੀਜ਼ਾਂ ਨਾਲ ਕਰਦੇ ਹੋ ਤਾਂ ਤੁਹਾਨੂੰ ਦਿਨ ਭਰ ਲਾਭ ਮਿਲੇਗਾ। ਇਸ ਲਈ ਦਿਨ ਦੀ ਸ਼ੁਰੂਆਤ ਯਾਨੀ ਕਿ ਨਾਸ਼ਤੇ ਵਿੱਚ ਸਾਰਾ ਅਨਾਜ, ਫਲ, ਸਬਜ਼ੀਆਂ ਆਦਿ ਖਾਓ। ਰੋਜ਼ਾਨਾ ਕਸਰਤ ਯੋਗਾ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਨਾ ਸਿਰਫ ਸ਼ੂਗਰ ਲੈਵਲ ਕੰਟਰੋਲ ਦੇ ਵਿੱਚ ਰਹਿੰਦਾ ਸਗੋਂ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ। ਇਸ ਲਈ ਰੋਜ਼ਾਨਾ ਸਰੀਰਕ ਗਤੀਵਿਧੀ ਕਰੋ। ਇਸ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਤੁਹਾਨੂੰ ਮਦਦ ਮਿਲਦੀ ਹੈ। ਲਿਮਿਟਿਡ ਮਾਤਰਾ ਦੇ ਵਿੱਚ ਖਾਣਾ ਵੀ ਜ਼ਰੂਰੀ ਹੈ। ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਹਮੇਸ਼ਾ ਹਿੱਸੇ 'ਤੇ ਕਾਬੂ ਰੱਖੋ, ਯਾਨੀ ਕਿ ਜਦੋਂ ਕੋਈ ਵਧੀਆ ਚੀਜ਼, ਸਵਾਦਿਸ਼ਟ ਪਕਵਾਨ ਤੁਹਾਡੇ ਸਾਹਮਣੇ ਆਵੇ ਤਾਂ ਉਸਨੂੰ ਸੀਮਿਤ ਮਾਤਰਾ 'ਚ ਖਾਓ। ਅਜਿਹੀ ਸਥਿਤੀ ਵਿੱਚ ਤੁਹਾਡਾ ਸ਼ੂਗਰ ਲੈਵਲ ਅਚਾਨਕ ਨਹੀਂ ਵਧੇਗਾ। ਜੇਕਰ ਤੁਸੀਂ ਭੋਜਨ ਦੇ ਹਿੱਸੇ ਦੇ ਪੱਧਰ ਨੂੰ ਕੰਟਰੋਲ ਕਰਦੇ ਹੋ ਤਾਂ ਸ਼ੂਗਰ ਦਾ ਪੱਧਰ ਵੀ ਕੰਟਰੋਲ ਵਿੱਚ ਰਹੇਗਾ। ਇਸ ਨਾਲ ਤੁਸੀਂ ਬਿਮਾਰ ਨਹੀਂ ਹੋਵੋਗੇ। ਘੱਟ ਕੈਲੋਰੀ ਭੋਜਨ ਹੈ ਖਾਓ ਅਤੇ ਤਿਉਹਾਰਾਂ ਦੌਰਾਨ ਅਕਸਰ ਇਹ ਹੁੰਦਾ ਹੈ ਜ਼ਿਆਦਾਤਰ ਘਰ ਤੇਲ ਵਾਲੀਆਂ ਸਬਜ਼ੀਆਂ ਜਿਵੇਂ ਕਿ ਪੂਰੀ, ਪਨੀਰ ਆਦਿ ਖਾਣ ਤੋਂ ਪਰਹੇਜ਼ ਕਰਦੇ ਨੇ। ਇਸ ਨਾਲ ਤੁਹਾਡਾ ਸਰੀਰ ਤੰਦਰੁਸਤ ਰਹੇਗਾ। ਤਲਣ ਦੀ ਬਜਾਏ ਸਿਹਤਮੰਦ ਖਾਣਾ ਬਣਾਉਣ ਦੀ ਕੋਸ਼ਿਸ਼ ਕਰੋ, ਜਿਵੇਂ ਕਿ ਬੇਕਿੰਗ ਕਰੋ, ਗ੍ਰਿਲ ਕਰੋ, ਤਾਂ ਇਸ ਨੂੰ ਤੁਸੀਂ ਖਾ ਸਕਦੇ ਹੋ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ ਫੈਸਟੀਵਲ ਸੀਜ਼ਨ ਦੇ ਵਿੱਚ ਜਿਹੜਾ ਵਧੀਆ ਫੂਡ ਇੰਜੋਏ ਕਰ ਸਕਦੇ ਹੋ। ਅਪਡੇਟ ਲੈ ਕੇ ਰੂਬਰੂ ਹੋਵਾਂਗੇ। ਵੇਖਦੇ ਰਹੋ, ਧਿਆਨ ਲਾਇਓ।